ਰੰਗ ਕੋਟ ਪਾਉਣਾ ਜੱਸੂ ਕਲੱਬ ਖਿਡਾਰੋ ਭਾਈ ਜੱਸੂ ਕਲੱਬ ਖਿਡਾਰ ਤੇ ਸਾਥ ਹਰਿਆਣਾ ਇਹ ਟੀਮ ਆ ਜਾਣ ਅਗਲੇ ਮੈਚ ਦੇ ਲਈ 75 ਵਾਲੀਆਂ ਇਹ ਟੀਮਾਂ ਨੂੰ ਸਾਡੀ ਬੇਨਤੀ ਆ ਜਾਣ ਉਹ ਪੋਖਰੀ ਖੇਡੀ ਵਾਲੇ ਕਿੱਥੇ ਨੇ ਬਾਈ ਪੋਖਰੀ ਖੇੜੀ ਨਹੀਂ ਇਨਾਮ ਗੁਰੂ ਘਰ ਚੜੇ ਜਾਣਾ ਫਿਰ ਨੋਟ ਕਰ ਲਓ ਓਏ ਆ ਜਾਓ ਪੋਖਰੀ ਵਾਲਿਓ ਬੱਚੇ ਬਾਹਰ ਛੋਟਾ ਕੰਮ ਕਰ ਭਾਈ ਰਾਹੁਲ ਪਰ ਦਾ ਵਾਅਦਾ ਕਰ ਜਾ ਰਾਹੁਲ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਰਾਹੁਲ ਮੇਰੇ ਅਰੇ ਫਿਰ 100 ਰੁਪਿਆ ਨਰਿੰਦਰ ਪ੍ਰਧਾਨ ਹੋਣਾ ਆਏ ਸਾਹਮਣੇ ਕਿਹਦਾ ਅਗਲੀ ਰੇਡ ਕੋਰਾ ਪਾ ਰਿਹਾ ਆ ਜਾ ਮੰਮੂ ਕੋਰਾ ਕਬੱਡੀ ਪਾ ਰਿਹਾ ਆਓ ਗੋਰੇ ਦੀ ਕਹਿੰਦੇ ਰੇਡ ਭਾਰੀ ਹੈ ਆਓ ਗੋਰੇ ਦੀ ਰੇਡ ਸਾਹਮਣੇ ਬੱਲੇ 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 ਹਰਿਆਣੇ ਵਾਲਾ ਨੰਬਰ ਕਹਿੰਦੇ ਗੋਰਾ ਆਪਣੀ ਬਾਬਾ ਲਾਡੀ ਸ਼ਾਹ ਬਣਵਾਉਣਾ ਤੇ ਬਜ਼ੁਰਗ ਬਾਈ ਇਹ ਆ ਜਾਣਾ ਬਾਬਾ ਲਾਡੀ ਸ਼ਾਹ ਬਣਵਾਉਣਾ ਤੇ ਬਜ਼ੁਰਗ ਇਹ ਟੀਮ ਆ ਜਾਣੋ ਬਾਬਾ ਲਾਡੀ ਸ਼ਾਹ ਬਣਵਾਉਣਾ ਤੇ ਬਜ਼ੁਰਗ ਇਹ ਟੀਮਾਂ ਵੀ ਤਿਆਰੀ ਫਿਰ ਲੈਣ ਲਾਓ ਸਾਹਮਣੇ ਗੋਰੇ ਦੀ ਰੇਡ ਬੱਲੇ ਬੱਲੇ ਮੈਂ ਵੀ ਹੁਣ ਗਰਾਊਂਡ ਕਲੀਅਰ ਕਰਦੀ ਆਪਾਂ ਲਾਏ ਦੇ ਵਿੱਚ ਮਤਲਬ ਕਬੱਡੀ ਦਾ ਦਿਖੇ ਨਹੀਂ ਰਹੀ ਅਗਲੀ ਰੇਡ ਪਾਉਣ ਲਈ ਕਹਿੰਦੇ ਗੋਰਾ ਫਿਰ ਤਿਆਰ ਹੈ ਕਹਿੰਦੇ ਗੋਰਾ ਨਸ਼ੋ ਰੰਗ ਹੈ ਮੁੰਡੇ ਦਾ ਕਬੱਡੀ ਪਾ ਰਿਹਾ ਕਹਿੰਦੇ ਮੇਰੇ ਵੀਰ ਵੀ 35 ਕਬੱਡੀਆਂ ਨੇ ਚੜ ਚੜ ਕੇ ਵੇਖਦਾ ਟਕਾਲਾ ਪਿੰਡ ਖੜ ਖੜ ਕੇ ਜਾਫੀ ਕਹਿੰਦੇ ਮੇਰੇ ਡੱਕ ਲੈਂਦੇ ਅੜ ਅੜ ਕੇ ਆਓ ਅੱਜ ਸਾਰਿਆਂ ਦੇ ਪਿੜਾਂ ਦੇ ਵਿੱਚ ਭੇੜ ਹੋਣੇ ਨੇ ਸ਼ੇਰਾਂ ਨੇ ਪਹਾੜ ਨਾਲ ਮੱਥੇ ਲਾਉਣੇ ਨੇ ਮੈਚ ਸਮਾਪਤ ਜਿੱਤ ਗਈ ਕਿਹੜੀ ਜਿੱਤ ਗਈ ਜਿਉਂਦ ਜਿਉਂਦ ਜਿੱਤ ਗਈ ਇਸ ਮੈਚ ਦੇ ਵਿੱਚ ਉਹਨਾਂ ਦੇ ਭਰਾਵਾਂ ਦਾ ਧੰਨਵਾਦ ਬੇਬੀ ਆਸਟ੍ਰੇਲੀਆ ਜਿਉਂਦ ਦੀ ਟੀਮ ਜਿਹੜੀ ਖੇਡੂਗੀ ਮੇਰੇ ਵੀਰੇ ਗੁਰੂ ਘਰ ਵਾਲੇ ਪਾਸੇ ਔਰ ਅਚਲ ਦੀ ਟੀਮ ਜਿਹੜੀ ਪਰਲੇ ਪਾਸੇ ਖੇਡੋ ਲਓ ਸਾਹਮਣੇ ਮੈਚ ਸ਼ੁਰੂ ਹੋ ਚੁੱਕਾ ਭੂਤਗੜ ਪਿੰਡ ਸੰਦੀਪ ਹੈ ਜਿਉਂਦ ਪਿੰਡ ਵਾਲਾ ਜਿਹੜਾ ਪਹਿਲੀ ਕਬੱਡੀ ਪਾ ਰਿਹਾ ਇੱਕ ਪਾਸੇ ਨਿੰਮਾ ਪੰਡ ਤੇ ਲੱਗਿਆ ਹੋਇਆ ਨਾਲ ਲੱਖੀ ਆ ਕਹਿੰਦੇ ਅਚਲ ਪਿੰਡ ਦਾ ਔਰ ਨਾਲ ਕਾਲੇ ਵਰਗੇ ਕਹਿੰਦੇ ਚਾਰ ਆਫੀ ਨੇ ਕੌਣ ਕਰੂ ਕਮਾਲ ਇੱਧਰ ਖੇਡਦੇ ਮੈਦਾਨ ਦੇ ਵਿੱਚ ਇਹ ਆ ਕਹਿੰਦੇ ਝਨੇੜੀ ਪਿੰਡ ਦਾ ਨਿੰਮਾ ਪੰਡਤ ਦੂਜੇ ਪਾਸੇ ਜਿਉਂਦ ਪਿੰਡ ਦਾ ਕਹਿੰਦੇ ਮੇਰੇ ਵੀਰੋ ਇਹ ਆ ਸੰਦੀਪ ਪਹਿਲਾ ਡੇਢ ਪੁਆਇੰਟ ਜੁੜ ਗਿਆ ਸੰਦੀਪ ਦੀ ਕਹਿੰਦੇ ਕਬੱਡੀ ਖੇਡਦੇ ਮੈਦਾਨ ਦੇ ਵਿੱਚ ਪੈ ਰਹੀ ਹੈ ਮੇਰੇ ਵੀਰੋ ਲਓ ਪੈਂਦੀ ਹੋਈ ਰੇਡ ਦੇ ਉੱਤੇ ਹੁਣ ਵੇਖਣਾ ਲੈ ਵੀ ਸੰਦੀਪ ਦੀ ਰੇਡ ਹੈ ਆਓ ਚਾਰ ਜਾਂ ਫਿਰ ਲਓ ਸਾਹਮਣੇ ਕਹਿੰਦੇ ਸੰਦੀਪ ਦੀ ਰੇਡ ਪੈ ਰਹੀ ਹੈ ਗੱਲਾਂ ਪੋਤਰੇ ਵਾਲੇ ਵੀ ਆ ਨੰਗ ਲੰਬੀਆਂ ਵਾਲੇ ਵੀ ਆ ਅਮਰ ਕੋਇਲ ਸਟੇਜ ਦੇ ਉੱਤੇ ਅਜੇ ਅਮਰ ਕੋਇਲ ਭੈਰੋ ਕਿੱਥੇ ਆ ਜੀ ਜੁੜਦਾ ਹੋਇਆ ਸੰਦੀਪ ਫੇਰ ਆ ਗਿਆ ਲਓ ਸਾਹਮਣੇ ਰੇਡ ਪਾਉਣ ਦੇ ਲਈ ਸੰਦੀਪ ਆ ਗਿਆ ਸੰਦੀਪ ਦੀ ਕਹਿੰਦੇ ਰੇਡ ਆ ਚਾਰ ਯਾਤਰੀ ਨੇ ਫੁੱਲੋ ਦੀ ਟੀਮ ਕਹਿੰਦੇ ਅਸੀਂ ਰਿਵਿਊ ਚੈੱਕ ਕਰਨਾ ਹੈ ਮੋਬਾਈਲ ਲੈ ਲਓ ਕਿਸੇ ਮੋਬਾਈਲ 'ਚ ਕਰ ਲਓ ਬਾਈ ਲਓ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਭੂਤਗੜ ਪਿੰਡ ਦੇ ਆ ਨੋਟ ਕਿਹੜੀ ਟੀਮ ਜਿੱਤਗੀ ਜੀ ਜਿਉਂਦ ਦੀ ਟੀਮ ਜਿੱਤਗੀ ਜੀ ਜਿਉਂਦ ਅਰੇ ਅਰੇ ਇੱਕ ਸਾਰੇ ਵਾਲਾ ਜੁੜ ਗਿਆ ਸੰਦੀਪ ਦੀ ਰੇਡ ਪੈ ਗਈ ਨੰਬਰ ਮਿਲ ਗਿਆ ਨੰਬਰ ਮਿਲ ਗਿਆ ਅਜੇ ਰੌਲਾ ਨਹੀਂ ਪਾਇਆ ਕਰਦੇ ਆਓ ਕਹਿੰਦੇ ਸਾਹਮਣੇ ਸਾਫ ਸੁਥਰੀ ਖੇਡ ਖੇਡਿਆ ਕਰੋ ਆਓ ਕਹਿੰਦੇ ਰੇਡ ਪਾ ਰਹੀ ਆ ਮੈਦਾਨ ਦੇ ਵਿੱਚ ਕਹਿੰਦੇ ਸੰਦੀਪ ਸੋਨੂਆਂ ਰਾਣੇ ਵਾਲਾ ਖੇਡ ਮੈਦਾਨ ਦੇ ਵਿੱਚ ਦੇ ਨੰਬਰ ਇਸ ਟਾਈਮ ਕਹਿੰਦੇ ਮੇਰੇ ਵੀਰੋ ਸੰਦੀਪ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਜਬਈ ਜਮਾਲਪੁਰ ਸੇਖਾ ਤੇ ਭੀਮ ਸਾਹ ਇਹ ਟੀਮ ਆ ਜਾਣ ਜਮਾਲਪੁਰ ਸੇਖਾ ਦੇ ਵੀਰ ਸਾਹ ਉਜਾਰਾ ਟੀਕੇ ਤੇ ਨਾਲ ਖੇਡੂ ਭੂਤਗੜ ਫਿਰ ਪਰਭੌਰਾ ਤੇ ਨਾਲ ਖੇਡੂ ਮਾਰਕੂ ਅਗਲੇ ਮੈਚ ਵਾਲੀਆ ਲਓ ਸਾਹਮਣੇ ਸੰਦੀਪ ਆ ਗਿਆ ਸੰਦੀਪ ਦੀ ਰੇਡ ਜਿਹੜੀਆਂ ਟੀਮਾਂ ਹਾਰ ਗਈਆਂ ਹਾਰ ਗਈਆਂ ਟੀਮਾਂ ਬਈ ਤੰਗ ਨਾ ਕਰਨ ਕਮੇਟੀ ਨੂੰ ਕੋਈ ਕਿਰਾਏ ਲੈਣਾ ਜਾਂਦਾ ਕੋਈ ਤਰਾਜ ਲਾਉਣਾ ਜਾਂਦਾ ਕਿਸੇ ਨੂੰ ਕੋਈ ਨਾ ਤਾਂ ਕਿਰਾਇਆ ਕਰ ਦਾਂਗੇ ਹੋਰ ਕੀ ਆ ਜਲੂਸ ਕੱਢੇ ਯਾਰ ਬੇਨਤੀ ਕਰ
ਕਰ ਦਿਓ ਸੀ ਕਰਾਪਣ ਦੀ ਪ੍ਰਬੰਧਕ ਕਹਿੰਦੇ ਬਈ ਜੇ ਤਾਂ ਸਾਡਾ ਸਾਥ ਹੋਵੇ ਫਿਰ ਤਾਂ ਅਗਲੇ ਸਾਲ ਟੂਰਨਾਮੈਂਟ ਕਰਾਵਾਂਗੇ ਨਹੀਂ ਕਹਿੰਦਾ ਛੇ ਸਾਲ ਲਾਸਟ ਔਰ ਮੂਵ ਸਪਰੇ ਬੋਲਦੀ ਕਰੋ ਜੀ ਮੂਵ ਸਪਰੇ ਬੋਲਦੀ ਕਰ ਦਿੱਤੀ ਜਾਵੇ ਅਗਲੇ